D5 ਚੈਨਲ ਪੰਜਾਬੀ ਦੇਖ ਰਹੇ ਹੋ, ਮੈਂ ਆ ਬਲਵਿੰਦਰ ਸਿੰਘ। ਜਿੱਥੇ ਮਨਪ੍ਰੀਤ ਬਾਦਲ ਵੱਲੋਂ ਅੱਜ ਗਿੱਦੜਬਾਹਾ ਚੋਣਾਂ ਨੂੰ ਲੈ ਕੇ ਜਿੱਥੇ ਉਹ ਪੋਲਿੰਗ ਬੂਥ ਦੇ ਉੱਤੇ ਪਹੁੰਚੇ ਨੇ ਤੇ ਦੂਜੇ ਪਾਸੇ ਉਹਨਾਂ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ ਹੈ ਤੇ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਇੱਕ ਤੰਜ ਕਸਿਆ। ਉਹਨਾਂ ਦਾ ਕਹਿਣਾ ਹੈ ਕਿ ਜਦੋਂ ਬੰਦੇ ਦਾ ਮਾੜਾ ਸਮਾਂ ਚੱਲਦਾ ਹੋਵੇ ਤਾਂ ਪਰਛਾਵਾਂ ਵੀ ਸਾਥ ਛੱਡ ਦਿੰਦਾ। ਅਕਾਲੀ ਦਲ ਦਾ ਵੋਟਰ ਹੈ, ਉਸ ਨੂੰ ਲੈ ਕੇ ਕਿਤੇ ਨਾ ਕਿਤੇ ਸਿਆਸੀ ਬੰਦੇ ਸ਼ੁਰੂ ਹੋ ਗਏ ਨੇ ਕਿ ਉਹ ਕਿਹਦੇ ਹੱਕ ਦੇ ਵਿੱਚ ਜਾਊਗਾ। ਜਿਵੇਂ ਜਿਵੇਂ ਕੋਈ ਪ੍ਰਭਾ ਸਰੀਕਾ ਕਿਸੇ ਦੀ ਤਬੀਅਤ ਹੈ, ਮੈਨੂੰ ਲੱਗਦਾ ਜਦੋਂ ਇਨਸਾਨ ਦੀ ਗ੍ਰਹਿ ਚਾਲ ਮਾੜੀ ਹੋਵੇ ਨਾ, ਉਹਦਾ ਪਰਛਾਵਾਂ ਵੀ ਉਹਦਾ ਸਾਥ ਛੱਡ ਜਾਂਦਾ। ਸੋ ਅਕਾਲੀ ਦਲ ਦੀ ਗ੍ਰਹਿ ਚਾਲ ਕਿਉਂ ਮਾੜੀ ਚੱਲ ਰਹੀ ਹੈ? ਜਿਸ ਦਿਨ ਇਹ ਫੈਸਲਾ ਹੋਇਆ ਸੀਗਾ, ਕਹਿੰਦੇ 80% ਤਾਂ ਮੇਰੇ ਵੱਲ ਆ ਗਏ ਸੀਗੇ ਤੇ ਜਿਸ ਦਿਨ ਪ੍ਰਧਾਨ ਸਾਹਿਬ ਨੇ ਅਸਤੀਫਾ ਦਿੱਤਾ ਕਹਿੰਦੇ ਉਸ ਦਿਨ ਬਾਕੀ ਬਚੇ 20 ਮੇਰੇ ਵੱਲ ਆ ਗਏ। ਡਿਪਟੀ ਦੀ ਛੋਟੀ ਜਿਹੀ ਪ੍ਰੋਬਲਮ ਹੈ, ਔਰ ਤੁਸੀਂ ਤਾਂ ਚਲੋ ਜਿਹੜੇ ਲੋਕਲ ਪੱਤਰਕਾਰ ਹੈ ਉਹ ਤਾਂ ਸਮਝਦੇ ਆ। ਇਹਨੂੰ ਯਾਰ ਤੁਹਾਡਾ ਕ੍ਰਾਈਸਿਸ ਆਫ ਓਵਰ ਕੋਨਫੀਡੈਂਸ, ਪਿਛਲੀ ਵਾਰੀ ਵੀ ਉਹ ਇਸੇ ਓਵਰ ਕੋਨਫੀਡੈਂਸ ਸੀ ਕਿ ਮੇਰੇ ਨਾਲ ਸਾਰੇ, ਕੋਈ ਕਿਸੇ ਦੇ ਨਾਲ ਨਹੀਂ ਹੁੰਦਾ। ਪਰਮਾਤਮਾ ਮਦਦ ਹੋ ਗਏ, ਲੋਕਾਂ ਦਾ ਸਾਥ ਮਿਲ ਗਿਆ, ਤਾਂ ਇਲੈਕਸ਼ਨ ਜਿੱਤੇ ਜਾਂਦੇ ਆ। ਕੋਈ ਕੋਈ ਮਨਪ੍ਰੀਤ ਕੋਈ ਐਸੀਆਂ ਖੂਬੀਆਂ ਤਾਂ ਹੈ ਨਹੀਂ, ਬਟ ਕਈ ਵਾਰੀ ਪਰਮਾਤਮਾ ਮਦਦ ਕਰ ਦਿੰਦਾ, ਲੋਕ ਪਿਆਰ ਕਰ ਦਿੰਦੇ। ਡਿਪਟੀ ਥੋੜ੍ਹੀ ਜਿਹੀ ਓਵਰ ਕੋਨਫੀਡੈਂਸ ਸੀ ਮੇਰਾ, ਅਸੀਂ ਥੋੜ੍ਹੀ ਜਿਹੀ ਲੋਕ ਪੰਜਾਬ ਦੇ ਲੋਕ ਥੋੜ੍ਹੀ ਜਿਹੀ ਬੜਕ ਨੂੰ ਪਸੰਦ ਕਰਦੇ ਆ, ਪਰ ਬੜਕ ਬਾਜ ਸਿਆਸਤਦਾਨ ਨੂੰ ਪਸੰਦ। ਬਾਲਾ ਸਾਹਿਬ, ਅੱਜ ਦੇ ਵਿੱਚ ਤੁਸੀਂ ਇਲੈਕਸ਼ਨ ਦਾ ਮਾਹੌਲ ਦੇਖ ਰਹੇ ਹੋ, ਤੁਹਾਡੇ ਜਿਹੜੇ ਸਟੇਟ ਪ੍ਰੈਜ਼ੀਡੈਂਟ ਹੈ ਸੁਨੀਲ ਜਾਖੜ ਸਾਹਿਬ, ਉਹਨਾਂ ਨੇ ਮੀਡੀਆ ਇੰਟਰਵਿਊ ਦੇ ਵਿੱਚ ਇਹ ਗੱਲ ਕਹੀ ਹੈ ਕਿ ਬੈਟਰ ਹੁੰਦਾ ਜਾਂ ਬੈਟਰ ਹੋਏਗਾ ਜੇ ਅਕਾਲੀ ਬੀਜੇਪੀ ਅਲਾਈਂਸ ਕਰਨਗੇ, ਰੀਜਨਲ ਪਾਰਟੀ ਦਾ ਵੀ ਬਚੇ ਰਹਿਣਾ ਜ਼ਰੂਰੀ ਜੇ ਇਕੱਠੇ ਲੜਦੇ ਤੇ ਇਹ ਜ਼ਿਆਦਾ ਬੈਟਰ ਸਿਚੁਏਸ਼ਨ ਹੋ ਸਕਦੀ। ਯਾਰ ਇਹ ਜਿਹੜਾ ਤੁਹਾਡਾ ਸਵਾਲ ਹੈ, ਸਵਾਲ ਤਾਂ ਹੈ ਬੜਾ ਅਹਿਮ ਔਰ ਬੜਾ ਸਿਆਣਾ ਔਰ ਅੱਛਾ, ਪਰ ਹਰ ਇੱਕ ਜਿਹੜੇ ਪ੍ਰਾਈਵੇਟ ਆਰਗਨਾਈਜੇਸ਼ਨ, ਹਰ ਇੱਕ ਜਿਹੜਾ ਮੁਲਾਜ਼ਮ ਹੁੰਦਾ ਹੈ, ਇੰਪਲਾਈ ਹੁੰਦਾ, ਉਹਦੀ ਇੱਕ ਪੇ ਗ੍ਰੇਡ ਹੁੰਦੀ। ਸੋ ਇਟ ਇਜ਼ ਅਬਾਵ ਮਾਈ ਪੇ ਗ੍ਰੇਡ, ਮੇਰੇ ਪੇ ਗ੍ਰੇਡ ਤੋਂ ਉੱਤੇ ਵੀ ਮਤਲਬ ਸਵਾਲ ਹੈ ਇਹਦੇ, ਮੈਂ ਇਹਦਾ ਜਵਾਬ ਬੜੀ ਮਿਹਰਬਾਨੀ ਐਂਡ ਥੈਂਕ ਯੂ ਵੈਰੀ ਮੱਚ ਪ੍ਰੈਸ ਦਾ, ਯੂ ਨੋ ਕਿ ਸੋਰੀ ਤੁਸੀਂ ਮਗਰ ਮਗਰ ਫਿਰ ਰਹੇ ਸੀ। ਮੇਰਾ ਵੀ ਜ਼ਾਹਿਰ ਹੈ ਕਿ ਲਾਸਟ ਡੇ ਹੈ, ਲਾਸਟ ਯੂ ਆਵਰ ਹੈ, ਇਕੱਲਿਆਂ ਇਕੱਲਿਆਂ ਨੂੰ ਟਾਈਮ ਨਹੀਂ ਦੇ ਸਕਦੇ। ਸੋ ਜਿੱਦਾਂ ਕਿ ਪੱਤਰਕਾਰਾਂ ਵੱਲੋਂ ਵੀ ਪੁੱਛਿਆ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਗਠਜੋੜ ਨੂੰ ਲੈ ਕੇ ਸੁਨੀਲ ਜਾਖੜ ਨੇ ਵੀ ਬਿਆਨ ਦਿੱਤਾ ਸੀ, ਪਰ ਹਾਲਾਂਕਿ ਉਹਨਾਂ ਨੇ ਬੋਲਣ ਤੋਂ ਇਨਕਾਰ ਕਰ ਦਿੱਤਾ। ਹੁਣ ਵੇਖਣਾ ਹੋਵੇਗਾ ਮਨਪ੍ਰੀਤ ਬਾਦਲ ਚੋਣਾਂ ਦੇ ਵਿੱਚ ਜਿੱਤਦੇ ਨੇ ਤੇ ਅਗਲੀ ਰਣਨੀਤੀ ਕੀ ਹੋਵੇਗੀ ਉਹਨਾਂ ਦੀ, ਵੀ ਸ਼੍ਰੋਮਣੀ ਅਕਾਲੀ ਦਲ ਨੂੰ ਇਕੱਠੇ ਕਰਾਉਣਗੇ ਜਾਂ ਕੀ ਹੋਵੇਗਾ ਉਹਨਾਂ ਦਾ, ਸਮਾਂ ਦੱਸੇਗਾ। ਨਿਡਰ ਹਾਂ, ਨਿਰਪੱਖ ਰਹਾਂਗੇ, ਆਜ਼ਾਦ ਹਾਂ, ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ, ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ, ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ, ਦੱਸਾਂਗੇ ਕੌਣ ਕਰ ਰਿਹਾ, ਕਿਹਦੇ ਤੇ ਜ਼ਬਰ। ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ, ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ। ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ, ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ, ਖੋਲਾਂਗੇ ਅੰਦਰੂਨੀ ਰਾਜ਼, ਬਣਾਂਗੇ ਬੁਲੰਦ ਆਵਾਜ਼। ਖੇਡ ਸਿੱਖਿਆ
ਖੇਤੀ ਦੀ ਬਾਤ ਪਾਵਾਂਗੇ, ਹਰ ਪਿੰਡ ਹਰ ਸ਼ਹਿਰ ਜਾਵਾਂਗੇ, ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਾਰਾਂਗੇ ਝਾਤ। ਅਬ ਧਰਮ, ਧਰੋਹਰ, ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ। ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ। ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ? ਕੀ ਕਰਦੀ ਹੈ ਸਾਡੀ ਸਰਕਾਰ? ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ? D5 ਚੈਨਲ ਪੰਜਾਬੀ ਦੀ ਕਚਹਿਰੀ 'ਚ ਹੋਵੇਗੀ ਸਿਰਫ ਲੋਕਾਂ ਦੀ ਗੱਲ।